Good morning, friends. How are you doing today? ਦੋਸਤੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਾਡੇ ਇਸ ਪਿਆਰੇ ਮੁਲਕ ਵਿੱਚ ਰੂਲ ਆਫ ਲਾਅ ਜਿਹੜਾ ਉਹਦੇ ਨਾਲ ਕੀ ਕੀਤਾ ਜਾ ਰਿਹਾ ਹੈ। ਰੂਲ ਆਫ ਲਾਅ ਕੀ ਹੋਣਾ ਹੈ? ਹੁਣ ਤਾਂ ਰੂਲ ਬਾਏ ਲਾਅ ਚੱਲਦਾ ਪਿਆ। ਕਿਤੇ ਕੋਈ ਪੈਂਬਰਾਂ ਦੇ ਲਾਅਜ਼ ਆ ਗਏ, ਕਿਤੇ ਕੋਈ ਦਹਿਸ਼ਤਗਰਦੀ ਦੇ ਲਾਅ ਆ ਗਏ, ਜਿਹਦੇ ਵਿੱਚ ਅਕਿਊਜ਼ ਦਾ ਰਾਈਟ ਹੀ ਖਤਮ ਹੋ ਜਾਂਦਾ ਕਿ ਜਨਾਬ ਉਹ ਵੀ ਕੋਈ ਡਿਫੈਂਡ ਕਰ ਸਕੇ। ਅਤੇ ਇਹ ਕੀ ਹੋ ਰਿਹਾ? ਕਿਸ ਪਾਸੇ ਸਾਡੀ ਕੌਮ ਜਾ ਰਹੀ ਹੈ? ਔਰ ਕੀ ਫਰੀਡਮ ਆਫ ਐਕਸਪ੍ਰੈਸ਼ਨ ਦਾ ਤੁਸੀਂ ਦੇ ਹੀ ਰਹੇ ਹੋ? ਪ੍ਰੈਸ ਫਰੀਡਮ ਦਾ ਕੀ ਹਾਲ ਹੁੰਦਾ ਪਿਆ? ਔਰ ਪੋਲੀਟੀਸ਼ੀਅਨ ਜਿਹੜੇ ਨੇ ਉਹ ਵੀ ਹੁਣ ਭੁਗਤਣ ਕਿਵੇਂ? ਆਈ ਮੀਨ ਓਪੀਨੀਅਨ ਫਾਰਮੇਸ਼ਨ ਇੱਥੇ ਹੁੰਦੀ ਹੈ, ਔਰ ਕਿਵੇਂ ਫਿਰ ਨਰੇਟਿਵ ਬਿਲਡਿੰਗ ਹੁੰਦੀ ਹੈ ਕਿ ਜੀ ਇਹ ਬਿਆਨੀਆਂ ਹੈ ਤਾਂ ਵੋ ਬਿਆਨੀਆਂ ਹੈ, ਹਮ ਯੇ ਕਰ ਦੇਂਗੇ, ਯੇ ਗਲਤ ਹੈ, ਵੋ ਗਲਤ ਹੈ, ਯੇ ਚੋਰ ਗਲਤ ਹੈ, ਵੋ ਚੋਰ ਹੈ, ਵੋ ਡਾਕੂ ਹੈ, ਵੋ ਇਮਾਨਦਾਰ ਹੈ। ਕਿਸ ਤਰ੍ਹਾਂ ਜਿਹੜਾ ਲੀਡਰ ਹਜ਼ਰਾਤ ਜਿਹੜੇ ਨੇ ਦੂਜੇ ਨੂੰ ਕਰਦੇ ਆ ਰਹੇ ਨੇ, ਇਹ ਖਾਸ ਨੈਰੇਟਿਵ ਬਿਲਡ ਕਰਦੇ ਨੇ ਆਈ ਮੀਨ ਪਾਵਰ ਪੋਲੀਟਿਕਸ ਦੇ ਵਿੱਚ। ਅਤੇ ਇਹ ਸਾਰੀ ਪਾਵਰ ਪੋਲੀਟਿਕਸ ਦੇ ਵਿੱਚ ਤੁਹਾਡੀ ਜਮਹੂਰੀਅਤ ਦਾ ਫਿਰ ਕੀ ਬਣੇਗਾ ਭਜਨ? ਕਿਹੜੀ ਤੁਸੀਂ ਵੈਸਟਰਨ ਡੈਮੋਕਰੇਸੀ ਅਤੇ ਫਲਾਨਾ ਅਤੇ ਯੇ ਅਤੇ ਬਹੁਤ ਹੋਰਾਂ ਗੱਲ ਕਰੋਗੇ? ਲਿਹਾਜ਼ਾ ਜੋ ਕੁਛ ਹੋ ਰਿਹਾ ਬੜਾ ਅਫਸੋਸਨਾਕ ਹੈ, ਤਕਲੀਫ ਦੇ ਹੈ। ਔਰ ਤਕਲੀਫ ਕੀ ਇਸ ਘੜੀ ਮੈਂ ਆਪਕੋ ਪਤਾ ਹੈ, ਫਿਰ ਸ਼ਹੀਦੇ ਨੇ ਕਿਆ ਇਲਾਜ ਕੀਆ ਹੋਇਆ ਹੈ ਇਹ ਤੋ ਆਪ ਸਮਝਦੇ ਹੀ ਹੈ। ਇਹ ਔਰ ਮੁਝੇ ਰੀਇਨਫੋਰਸ ਕਰ ਰਹਾ ਹੈ ਕਿ ਸ਼ਾਹਿਦ ਪਲਟ ਤੇਰਾ ਧਿਆਨ ਕਿਧਰ ਹੈ, ਔਰ ਕਿਆ ਆਦਮੀ ਨੇਸ਼ਨ ਬਿਲਡਿੰਗ ਕਿਆ ਕਿਆ ਹੋਣਾ ਹੈ? ਲੋਕ ਫਾਵਲੇ ਹੋ ਰਹੇ ਹੈ ਡਿਸਕਸ਼ਨ ਕਰ ਕਰਕੇ, ਘਰ ਘਰ ਬਾਹਰ ਫੋਰਮ ਇੰਝ ਹੋ ਗਿਆ ਜੀ, ਇਹ ਬੰਦ ਹੋ ਗਿਆ ਜੀ, ਨੈੱਟ ਬੰਦ ਹੋ ਗਿਆ, ਨੈੱਟ ਬੰਦ ਹੋ ਗਿਆ ਤਾਂ ਇੰਝ ਸੀ ਜਿਵੇਂ ਆਹ ਬੰਦ ਹੋ ਗਈ, ਅਸੀਂ ਸਾਰੇ ਕਾਰਜ ਕਰਨ ਵਾਲਾ ਪਿਆ ਸੀ ਉਹ ਜੀ ਨੈੱਟ ਬੰਦ ਹੋ ਗਿਆ, ਨੈੱਟ ਬੰਦ ਹੋ ਗਿਆ। ਇਹ ਤਾਂ ਜਨਾਬ ਜਿੱਥੇ ਇਹੋ ਜਿਹੇ ਰਵੱਈਏ ਹੋਣ ਮਾਹੌਲ ਹੋਵੇ ਤਾਂ ਫਿਰ ਇਹੀ ਕੁਛ ਹੋਏਗਾ ਭਾਜਨ। ਆਪਣਾ ਖਿਆਲ ਰੱਖੀਏਗਾ, ਬਾਏ।